ਸਾਸੀ ਗੱਲ ਦੋਸਤੋ ਕੀ ਹਾਲ ਚਾਲ ਹੈ ਅੱਜ ਜਿਹੜੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਿਹਾ ਇਹ ਕਹਾਣੀ ਪੰਜਾਬ ਦੀ ਇੱਕ ਧੀ ਦੀ ਦੀਪੀ ਦੀ ਕਹਾਣੀ ਹੈ ਜਿਵੇਂ ਕਹਿੰਦੇ ਆ ਨਾ ਵੀ ਹੱਦ ਤੋਂ ਜ਼ਿਆਦਾ ਪਿਆਰ ਨਸ਼ਾ ਲਾਲਚ ਹਰ ਚੀਜ਼ ਸ਼ਰੀਰ ਲਈ ਜ਼ਿੰਦਗੀ ਲਈ ਖਤਰਨਾਕ ਹੈ ਦੀਪੀ ਵੀ ਇਸ ਸ਼ਕਾਰ ਦੀ ਲਾਲਚ ਹੋਈ ਉਹ ਹੋਈ ਲਾਲਚ ਦੇ ਸ਼ਕਾਰ ਦੀ ਲਾਲਚ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਹੀ ਹੈ ਜਿਸ ਦਾ ਕੋਈ ਇਲਾਜ ਨਹੀਂ ਦੀਪੀ ਇੱਕ ਮਿਹਨਤ ਕਸ਼ ਪਰਿਵਾਰ ਵਿੱਚ ਪੈਦਾ ਹੋਈ। ਸਾਰੀ ਜ਼ਿੰਦਗੀ ਉਸਨੇ ਆਪਣੇ ਬਾਪ ਨੂੰ ਮਿਹਨਤ ਕਰਦੇ ਦੇਖਿਆ। ਪਰ ਜਦੋਂ ਉਹ ਸਕੂਲ ਜਾਂਦੀ ਉੱਥੇ ਆਪਣੀ ਸਹੇਲੀਆਂ ਨੂੰ ਨਵੇਂ ਸੂਟਾਂ ਬਾਰੇ, ਨਵੇਂ ਬੂਟਾਂ ਬਾਰੇ ਜਾਂ ਹੋਰ ਸਮਾਨ ਬਾਰੇ ਗੱਲਾਂ ਕਰਦੀ ਸੁਣਦੀ, ਦੀਪੀ ਵੀ ਆਪਣੇ ਘਰ ਜਾ ਕੇ ਮਾਂ ਨੂੰ ਕਹਿੰਦੀ, ਮੈਨੂੰ ਵੀ ਨਵੇਂ ਸੂਟ ਲੈ ਕੇ ਦੇ ਮਾਂ, ਮੇਰਾ ਵੀ ਦਿਲ ਕਰਦਾ। ਪਰ ਮਾਂ ਹਰ ਵੇਰੀ ਇੱਕ ਹੀ ਜਵਾਬ ਦਿੰਦੀ। ਪੁੱਤ ਆਪਣੇ ਘਰ ਦਾ ਤਾਂ ਗੁਜ਼ਾਰਾ ਹੀ ਮਥਾ ਚੱਲਦਾ ਤੇਰੇ ਬਾਪ ਕੋਲੇ ਕਿੱਥੇ ਇਹਨੇ ਪੈਸੇ ਨੇ ਤੂੰ ਆਪਣੀ ਤਾਇਏ ਦੀ ਕੁੜੀ ਦੇ ਪੁਰਾਣੇ ਸੂਟ ਲੈ ਲਿਆ ਕਰ ਉਹਨਾਂ ਨਾਲ ਹੀ ਗੁਜ਼ਾਰਾ ਕਰ ਲਿਆ ਕਰ ਉਸ ਦਾ ਬਾਪ ਤਾਂ ਸਰਕਾਰੀ ਨੌਕਰੀ ਕਰਦਾ ਏ ਉਹ ਕੁੜੀਆਂ ਤਾਂ ਇੱਕ ਵਾਰੀ ਸੂਟ ਪਾਉਂਦੀਆਂ ਨੇ ਦੁਬਾਰੇ ਤਾਂ ਪਾਉਂਦੀਆਂ ਨਹੀਂ ਉਹਨਾਂ ਸੂਟਾਂ ਨੂੰ ਦੱਸ ਕੀ ਹੋਇਆ ਦੀ ਤੂੰ ਉਹੋ ਪਾ ਕੇ ਹੀ ਗੁਜ਼ਾਰੇ ਕਰ ਲਿਆ ਕਰ ਮਾਂ ਮੈਂ ਕਦੋਂ ਨਵੇਂ ਸੂਟ ਖਰੀਦ ਕੇ ਪਾਵਾਂਗੀ ਮਾਂ ਨੇ ਕਿਹਾ ਪੁੱਤ ਆਪਣੇ ਘਰ ਦਾ ਗੁਜ਼ਾਰਾ ਹੀ ਮਥਾ ਚੱਲਦਾ ਏ ਹਾਂ ਜਦੋਂ ਤੇਰਾ ਵਿਆਹ ਹੋ ਗਿਆ ਫੇਰ ਜਿੰਨੇ ਮਰਜ਼ੀ ਨਵੇਂ ਸੂਟ ਪਾਈ ਤੈਨੂੰ ਆਪ ਹੀ ਤੇਰਾ ਘਰ ਵਾਲਾ ਲੈ ਕੇ ਦਵੇਗਾ ਤੈਨੂੰ ਸੋਹਣੇ ਸੋਹਣੇ ਸੂਟ ਲੈ ਕੇ ਦਿਆ ਕਰੇਗਾ ਦੀਪੀ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੀ ਚਲੋ ਜਦੋਂ ਨਵੇਂ ਘਰ ਜਾਵਾਂਗੀ ਉੱਥੇ ਤਾਂ ਬਹੁਤ ਕੁਝ ਮਿਲੇਗਾ ਪਰ ਗਰੀਬੀ ਇੱਕ ਅਜਿਹੀ ਲਾਂਤ ਹੈ ਜਿਹੜੀ ਕਿ ਬੰਦੇ ਦਾ ساری ਉਮਰ ਹੀ ਖਿਹੜਾ ਨਹੀਂ ਛੱਡਦੀ ਕੁਝ ਸਮੇਂ ਬਾਅਦ ਦੀਪੀ ਦਾ ਵਿਆਹ ਹੋ ਗਿਆ ਦੀਪੀ ਬਹੁਤ ਖੁਸ਼ੀ ਚਲੋ ਗਰੀਬੀ ਦਾ ਗਲੋ ਰਹਿ ਗਈ ਹੁਣ ਨਵੇਂ ਘਰ ਜਾਵਾਂਗੀ ਉੱਥੇ ਆਪਣੇ ਸਾਰੇ ਚਾਹ ਪੂਰੇ ਕਰਾਂਗੀ ਪਰ ਕਿੱਥੇ ਅੱਗੋਂ ਮੁੰਡਾ ਵੀ ਇੱਕ ਛੋਟਾ ਜਿਹਾ ਕਿਸਾਨ ਸੀ 2-4 ਕਿੱਲੇ ਵਾਲਾ ਕਦੇ-ਕਦੇ ਉਹ ਵਿਚਾਰਾ ਦਿਹਾੜੀ ਵੀ ਚਲਿਆ ਜਾਂਦਾ ਮਿਹਨਤ ਕਾਸ਼ੇ ਇਨਸਾਨ ਸੀ ਪਹਿਲਾਂ-ਪਹਿਲਾਂ ਦੀਪੀ ਸਹਰੇ ਬਹੁਤ ਖੁਸ਼ ਰਹੀ ਕਿਉਂਕਿ ਸੁੱਖਾ ਔਖਾ ਸੌਖਾ ਹੋ ਕੇ ਦੀਪੀ ਦੇ ਹਰ ਸ਼ੌਂਕ ਪੂਰੇ ਕਰਦਾ 2 ਸਾਲ ਬਾਅਦ ਦੀਪੀ ਦੇ ਘਰ ਇੱਕ ਪੁੱਤਰ ਵੀ ਹੋ ਗਿਆ ਪਰ ਪੁੱਤਰ ਹੋਇਆ ਵੱਡੇ ਆਪਰੇਸ਼ਨ ਸੁਖੇ ਨੇ ਔਖੇ-ਸੌਖੇ ਹੋ ਕੇ 2 ਲੱਖ ਦਾ ਕਰਜ਼ਾ ਚੱਕ ਲਿਆ ਕੁਝ ਪੈਸੇ ਇਲਾਜ ਤੇ ਲਾਤੇ ਕੁਝ ਉਹਨੇ ਆਪਣੇ ਘਰ ਨੂੰ ਰਿਪੇਅਰ ਕਰਾਉਣ ਤੇ ਲਗਾ ਦਿੱਤੇ ਸੁਖਾ ਸੋਚਦਾ ਸੀ ਹਰ ਵੇਰੀ ਫਸਲ ਆਈ ਤੇ ਥੋੜੇ-ਥੋੜੇ ਕਰਕੇ ਪੈਸੇ ਮੋੜ ਹੀ ਦੇਵੇਗਾ ਪਰ ਜੱਟ ਦਾ ਅਸਲ ਵੇਰੀ ਰੱਬ ਵੀ ਹੁੰਦਾ ਹੈ ਸੁਖੇ ਨੇ ਕਣਕ ਦੀ ਫਸਲ ਬੀਜੀ ਜਦੋਂ ਥੋੜਾ ਜਿਹਾ ਸਮਾਂ ਲੰਘਿਆ ਹੜ ਆ ਗਿਆ ਸਾਰੀ ਫਸਲ ਤਬਾਹ ਹੋ ਗਈ ਜੋ ਪਹਿਲੇ ਸੁੱਖੇ ਨੇ ਵਿਆਜ ਤੇ ਲਏ ਸਨ ਉਹ ਉਸ ਨੂੰ ਉਤਾਰਨੇ ਹੀ ਔਖੇ ਹੋ ਗਏ ਹੁਣ ਸੁੱਖੇ ਕੋਲੇ ਕੁਝ ਵੀ ਪੈਸੇ ਨਹੀਂ ਸਨ ਤਾਂ ਉਹ ਦੁਬਾਰੇ ਬੀਜ ਕਿੱਥੋਂ ਲਿਆ ਕੇ ਬੀਜੇ ਉਸ ਨੇ ਫੇਰ ਮਿਹਨਤ ਕੀਤੀ ਕਿਸੇ ਦੀ ਉਹ ਤੋਂ ਪੈਸੇ ਉਧਾਰੇ ਲੈ ਲੇ ਉਸਨੇ ਦਲਾਵਰ ਨਾਮ ਦੇ ਇੱਕ ਆੜਤੀਏ ਤੋਂ 2 ਲੱਖ ਰੁਪਇਆ ਲੈ ਲਿਆ ਪਰ ਹੜ ਦੀ ਹੜ ਆਉਣ ਜਾਣ ਕਰਕੇ ਉਸਦੀ ਫਸਲ ਵਧੀਆ ਨਾ ਹੋਈ ਸੁੱਖਾ ਸਮੇਂ ਸਰ ਪੈਸੇ ਵਾਪਸ ਨਾ ਕਰ ਸਕਿਆ ਦਲਾਵਰ ਉਸਦੇ ਘਰੇ ਗੇੜੇ ਮਾਰਨੇ ਲੱਗਾ ਸੁੱਖਾ ਹਰ ਵੇਰੀ ਉਸ ਦੀਆਂ ਮਿੰਤਾਂ ਕਰਕੇ ਉਸ ਨੂੰ ਵਾਪਸ ਭੇਜ ਦਿੰਦਾ ਸੀ ਕਿ ਬਾਾਈ ਕੋਈ ਨਹੀਂ ਮੈਂ ਮੋੜ ਦਿੰਨਾ ਕਿ ਬਾਾਈ ਕੋਈ ਨਹੀਂ ਮੈਂ ਮੋੜ ਦਿੰਨਾ ਪਰ ਦਲਾਵਰ ਨਾ ਇੱਕ ਨੰਬਰ ਦਾ ਤੀਵੀਂ ਆਵਾਜ਼ ਬੰਦਾ ਸੀ ਅਸਲ ਵਿੱਚ ਉਸ ਦੀ ਅੱਖ ਦੀਪੀ ਤੇ ਸੀ ਇੱਕ ਦੋ ਵਾਰ ਜਦੋਂ ਦਲਾਵਰ ਸੁੱਖੇ ਤੋਂ ਪੈਸੇ ਮੰਗਣ ਆਇਆ ਕੁਦਰਤੀ ਦੀਪੀ ਵੀ ਸਾਹਮਣੇ ਆ ਜਾਂਦੀ ਦੋਨੋਂ ਇੱਕ ਦੂਜੇ ਵੱਲ ਦੇਖਦੇ ਦੀਪੀ ਸ਼ਰਮਾ ਕੇ ਅੰਦਰ ਭੱਜ ਜਾਂਦੀ ਕੁਦਰਤੀ ਇੱਕ ਦਿਨ ਦਲਾਵਰ ਜਦੋਂ ਸੁੱਖੇ ਦੇ ਘਰ ਆਇਆ ਘਰ ਕੋਈ ਨਹੀਂ ਸੀ ਦੀਪੀ ਇਕੱਲੀ ਸੀ ਉਸ ਦਾ ਮੁੰਡਾ ਸੁੱਤਾ ਪਿਆ ਸੀ ਦਲਾਵਰ ਨੂੰ ਜਦੋਂ ਪਤਾ ਲੱਗਾ ਦੀਪੀ ਇਕੱਲੀ ਹੈ ਤਾਂ ਉਸ ਦੇ ਮਨ ਵਿੱਚ ਲਾਲਚ ਆ ਗਿਆ ਉਹ ਉਸ ਨੂੰ ਲਾਲਚ ਦੇਣ ਲੱਗਾ ਅਗਰ ਤੂੰ ਮੇਰੀ ਗੱਲ ਮੰਨ ਲਵੇਂ ਮੈਂ ਤੁਹਾਡੇ ਸਾਰੇ ਪੈਸੇ ਮਾਫ਼ ਕਰ ਦਿਆਂ ਸਿਰਫ ਤੇਰੇ ਕਰਕੇ ਕਿਉਂਕਿ ਮੇਰੇ ਕੋਲੇ ਪੈਸਾ ਤਾਂ ਬਹੁਤ ਹੈ ਪਰ ਪਿਆਰ ਦੀ ਕਮੀ ਹੈ ਦੀਪੀ ਨੇ ਸੋਚਿਆ ਇਸ ਵਿੱਚ ਹਰਜੀ ਹੀ ਕੀ ਹੈ ਚਲੋ ਦੋਨੇ ਚਲੋ ਦੋਨਾਂ ਦਾ ਚੋਰੀ ਇੱਕ ਦੂਜੇ ਨੂੰ ਮਿਲਣ ਦਾ ਕੰਮ ਸ਼ੁਰੂ ਹੋ ਗਿਆ ਜਦੋਂ ਘਰ ਵਿੱਚ ਕੋਈ ਨਾ ਹੁੰਦਾ ਬਿਲਾਵਰ ਘਰੇ ਆ ਵੜਦਾ ਦੀਪੀ ਦੀਵੀ ਤੌਰ ਬੋਲਚਾਲ ਸਭ ਕੁਝ ਵਿੱਚ ਫਰਕ ਪੈਣ ਲੱਗਾ ਉਹ ਸੁੱਖੇ ਨਾਲ ਖਝਖਝ ਕੇ ਬੋਲਦੀ ਹਰ ਨਿੱਕੀ ਨਿੱਕੀ ਗੱਲ ਤੇ ਲੜਾਈ ਕਰਦੀ ਬਾਹਰ ਲੋਕਾਂ ਦੇ ਵਿੱਚ ਵੀ ਗੱਲਾਂ ਸ਼ੁਰੂ ਹੋ ਗਈਆਂ ਕਿ ਜਦੋਂ ਸੁੱਖਾ ਘਰੇ ਨਹੀਂ ਹੁੰਦਾ ਦਲਾਵਰ ਕੀ ਇਹਨਾਂ ਦੇ ਘਰੇ ਕਰਨ ਜਾਂਦਾ ਹੈ ਇਹ ਗੱਲਾਂ ਹੌਲੀ-ਹੌਲੀ ਸੁੱਖੇ ਦੇ ਕੰਨਾਂ ਵਿੱਚ ਵੀ ਪੈਣੀਆਂ ਸ਼ੁਰੂ ਹੋ ਗਈਆਂ ਪਰ ਜਦੋਂ ਸੁੱਖਾ ਦੀਪੀ ਨੂੰ ਰੋਕਦਾ ਦੀਪੀ ਉਸ ਨਾਲ ਲੜਾਈ ਸ਼ੁਰੂ ਕਰ ਦਿੰਦੀ ਕਿ ਤੂੰ ਮੇਰੇ ਤੇ ਸ਼ੱਕ ਕਰਦਾ ਤੈਨੂੰ ਮੇਰੇ ਤੇ ਯਕੀਨ ਨਹੀਂ ਉਹ ਹੁਣ ਕਿੱਥੇ ਸੁੱਖੇ ਦੀਆਂ ਗੱਲਾਂ ਸੁਣਦੀ ਸੀ ਉਹ ਤਾਂ 7ਵੇਂ ਸਵਾਨਾਂ ਵਿੱਚ ਉੱਡ ਰਹੀ ਸੀ ਫਿਰ ਕਿਸੇ ਨੇ ਸੁੱਖੇ ਨੂੰ ਸਲਾਹ ਦਿੱਤੀ ਭਰਾਵਾ ਤੂੰ ਘਰੇ ਰਿਆ ਕਰ ਮਿਹਨਤੀ ਤਾਂ ਤੂੰ ਹੈਗਾ ਹੀ ਆ ਪਰ ਮਿਹਨਤ ਦਾ ਵੀ ਤਾਂ ਹੀ ਫਾਇਦਾ ਜੇ ਤੇਰਾ ਘਰ ਸਲਾਮਤ ਰਹੂਗਾ ਸੁੱਖੇ ਨੇ ਉਸ ਦੀ ਗੱਲ ਮੰਨ ਲਈ ਉਸ ਨੇ ਆਪਣੇ ਘਰੇ ਹੀ ਦੋ ਦੰਗਰ ਰੱਖ ਲਏ ਤੇ ਘਰ ਦਾ ਹੀ ਕੰਮ ਦੁੱਧ ਦਾ ਸ਼ੁਰੂ ਕਰ ਲਿਆ ਦਲਾਵਰ ਦਾ ਵੀ ਦੀਪੀ ਨੂੰ ਮਿਲਣਾ ਥੋੜਾ ਔਖਾ ਹੋ ਗਿਆ। ਦਲਾਵਰ ਥੋੜਾ ਬਦਮਾਸ਼ ਜਿਹਾ ਵੀ ਸੀ। ਉਸਨੇ ਦੀਪੀ ਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ। ਤੂੰ ਇਹਨਾਂ ਨੂੰ ਸੁੱਖੇ ਦੇ ਰਾਤ ਨੂੰ ਖਾਣੇ ਦੇ ਵਿੱਚ ਪਾ ਦਿਆ ਕਰ। ਉਹ ਸਾਰੀ ਰਾਤ ਸੁੱਤਾ ਰਿਹਾ ਕਰੂ ਤੇ ਆਪਾਂ ਮਿਲ ਲਿਆ ਕਰਾਂਗੇ। ਸੁੱਖਾ ਕੋਈ ਨਸ਼ਾ ਨਹੀਂ ਸੀ ਕਰਦਾ। ਨਾ ਸ਼ਰਾਬ, ਨਾ ਬੀੜੀ, ਤੰਬਾਕੂ ਕਿਸੇ ਚੀਜ਼ ਨੂੰ ਵੀ ਹੱਥ ਨਹੀਂ ਸੀ ਲਾਉਂਦਾ। ਜਦੋਂ ਰਾਤ ਨੂੰ ਦੀਪੀ ਉਸਦੇ ਖਾਣੇ ਵਿੱਚ ਨਸ਼ੇ ਦੀਆਂ ਗੋਲੀਆਂ ਪਾਉਂਦੀ ਤਾਂ ਉਸ ਦਾ ਦਿਨ ਉਸ ਦਾ ਅਸਰ ਸੁੱਖੇ ਨੂੰ ਦੂਜੇ ਦਿਨ ਵੀ ਰਹਿੰਦਾ ਤੀਜੇ ਦਿਨ ਵੀ ਰਹਿੰਦਾ ਸੁੱਖਾ ਸਾਰਾ ਸਾਰਾ ਹੀ ਰਾਤ ਸੁੱਤਾ ਰਹਿੰਦਾ ਸਾਰਾ ਸਾਰਾ ਦਿਨ ਸੁੱਤਾ ਰਹਿੰਦਾ ਤਾਂ ਸੁੱਖੇ ਨੂੰ ਆਪ ਹੀ ਠੀਕ ਨਹੀਂ ਸੀ ਲੱਗ ਰਿਹਾ ਉਸ ਨੂੰ ਲੱਗ ਰਿਹਾ ਸੀ ਕਿ ਕੁਝ ਗਲਤ ਹੋ ਰਿਹਾ ਹੈ ਉਸ ਦੇ ਨਾਲ ਸੁੱਖੇ ਨੇ ਕੁਝ ਦਿਨਾਂ ਬਾਅਦ ਕਿਸੇ ਡਾਕਟਰ ਨਾਲ ਸਲਾਹ ਕੀਤੀ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਅੱਗੇ ਤਾਂ ਕਦੇ ਹੋਇਆ ਨਹੀਂ ਡਾਕਟਰ ਨੇ ਸਾਰੇ ਚੈੱਕਅਪ ਕੀਤੇ ਤਾਂ ਡਾਕਟਰ ਨੇ ਉਸ ਨੂੰ ਦੱਸਿਆ ਭਰਾਵਾ ਤਾਂ ਤਾਂ ਕੋਈ ਨਸ਼ੇ ਵਾਲੀ ਚੀਜ਼ ਦਿੱਤੀ ਜਾ ਰਹੀ ਹੈ ਤਾਂ ਸੁੱਖਾ ਬਹੁਤ ਹੈਰਾਨ ਹੋਇਆ ਕਿ ਮੈਂ ਤਾਂ ਕੋਈ ਗੋਲੀ ਵੀ ਨਹੀਂ ਲੈ ਰਿਆ ਇਹ ਕਿਵੇਂ ਹੋ ਰਿਹਾ ਤਾਂ ਸੁੱਖੇ ਨੂੰ ਸ਼ੱਕ ਥੋੜਾ ਹੋਣ ਲੱਗਿਆ ਦੀਪੀ ਤੇ ਤਾਂ ਉਸਨੇ ਦੀਪੀ ਤੇ ਨਿਗਾਹ ਰੱਖੀ ਉਸਨੇ ਦੀਪੀ ਨੂੰ ਦੇਖ ਲਿਆ ਇੱਕ ਦਿਨ ਨਸ਼ੇ ਦੀਆਂ ਗੋਲੀਆਂ ਬਣਾਉਂਦੇ ਨੂੰ ਸੁੱਖੇ ਨੇ ਇੱਕ ਦਿਨ ਦਿਮਾਗ ਵਰਤਿਆ ਜਦੋਂ ਦੀਪੀ ਰੋਟੀ ਲੈ ਕੇ ਆਈ ਸੁੱਖੇ ਨੇ ਰੋਟੀ ਤਾਂ ਫੜ ਲਈ ਪਰ ਖਾਦੀ ਹੌਲੀ ਦੇਣੀ ਪਿੱਛੇ ਹੀ ਲਪਕੋ ਲਈ ਸੁੱਖਾ ਰਾਤ ਨੂੰ ਸੌਂ ਗਿਆ ਸੌਣ ਦਾ ਨਾਟਕ ਹੀ ਕਰਨ ਲੱਗਾ ਦੀਪੀ ਨੂੰ ਲੱਗਿਆ ਕਿ ਸੁੱਖਾ ਸੁੱਤਾ ਪਿਆ ਹੈ ਉਧਰੋਂ ਦਲਾਵਰ ਵੀ ਆ ਗਿਆ ਜਦੋਂ ਦੋਨੋਂ ਜਾਣੇ ਕਮਰੇ ਵਿੱਚ ਗਏ ਤਾਂ ਸੁੱਖਾ ਉੱਠ ਖੜਿਆ ਉਸਨੇ ਜਾ ਕੇ ਗੇਟ ਖੋਲ ਕੇ ਰੋਲਾ ਪਾਉਣਾ ਸ਼ੁਰੂ ਕੀਤਾ ਦਲਾਵਰ ਪਹਿਲਾਂ ਤਾਂ ਉਸ ਨੂੰ ਲਾਲਚ ਦੇਣ ਲੱਗਾ ਕਿ ਮੈਂ ਤੇਰੇ ਸਾਰੇ ਪੈਸੇ ਮਾਫ਼ ਕਰ ਦੇਵਾਂਗਾ ਤੂੰ ਰੋਲਾ ਨਾ ਪਾ ਮੈਂ ਤੇਰੇ ਸਾਰੇ ਪੈਸੇ ਮਾਫ਼ ਕਰ ਦੇਵਾਂਗਾ ਤੂੰ ਰੋਲਾ ਨਾ ਪਾ ਪਰ ਸੁੱਖਾ ਕਿੱਥੇ ਮੰਨਿਆ ਗੱਲ ਤਾਂ ਉਸਦੀ ਇੱਜ਼ਤ ਤੇ ਆ ਗਈ ਸੀ ਜਦੋਂ ਨਾ ਹੀ ਗੱਲ ਨਿਬੜੀ ਤਾਂ ਦਲਾਵਰ ਨੇ ਆਪਦਾ ਪਿਸਤਲ ਕੱਢਿਆ ਤੇ ਸੁੱਖੇ ਦੇ ਗੋਲੀ ਮਾਰ ਦਿੱਤੀ ਤਾਂ ਦੀਪੀ ਰੋਣ ਪਿੱਟਣ ਲੱਗੀ ਕਿ ਹੁਣ ਤਾਂ ਪੁਲਿਸ ਆਵੇਗੀ ਆਪਾਂ ਨੂੰ ਸਜ਼ਾ ਹੋਵੇਗੀ ਦਲਾਵਰ ਨੇ ਕਿਹਾ ਤੂੰ ਚੁੱਪ ਕਰ ਮੈਂ ਆਪਣੇ ਆਪ ਹੀ ਸਾਂਭ ਲਵਾਂਗਾ ਜਦੋਂ ਦਿਨ ਚੜ੍ਹਿਆ ਤਾਂ ਦੀਪੀ ਨੇ ਸਾਰੇ ਪਾਸੇ ਰੌਲਾ ਪਾ ਦਿੱਤਾ ਸਾਡੇ ਘਰ ਰਾਤੀ ਚੋਰ ਆ ਗਏ ਉਹਨਾਂ ਨੇ ਸੁੱਖੇ ਨੂੰ ਗੋਲੀ ਮਾਰ ਦਿੱਤੀ ਪੁਲਿਸ ਵੀ ਆਈ ਪਰ ਦਲਾਵਰ ਦੀ ਪਹੁੰਚ ਸੀਗੀ ਉਸਨੇ ਪੁਲਿਸ ਨੂੰ ਪੈਸੇ ਦੇ ਕੇ ਚੁੱਪ ਕਰਾ ਦਿੱਤਾ ਹੁਣ ਤਾਂ ਦਲਾਵਰ ਲਈ ਸਾਰੀ ਖੁੱਲੀ ਖੇਡ ਹੀ ਹੋ ਗਈ ਸੀ ਉਹ ਜਦੋਂ ਦਿਲ ਕਰਦਾ ਦੀਪੀ ਨੂੰ ਉਸਦੇ ਘਰੇ ਮਿਲਣ ਆ ਜਾਂਦਾ ਜਦੋਂ ਦਿਲ ਕਰਦਾ ਦੀਪੀ ਨੂੰ ਉਸਦੇ ਘਰੇ ਮਿਲਣ ਆ ਜਾਂਦਾ ਦੀਪੀ ਨੂੰ ਉਸਨੇ ਲਾਲਚ ਦੇ ਰੱਖਿਆ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਤਾਂ ਦੀਪੀ ਵੀ ਖੁਸ਼ ਸੀ ਚਲੋ ਮੇਰਾ ਗਰੀਬੀ ਤੋਂ ਖਿਹੜਾ ਛੁੱਟ ਗਿਆ ਹੁਣ ਤਾਂ ਮੈਂ ਸਾਰੀ ਜ਼ਿੰਦਗੀ ਮਹਾਰਾਣੀਆਂ ਵਾਂਗੂ ਰਹਾਂਗੀ ਇੱਕ ਦਿਨ ਦਲਾਵਰ ਦੀਪੀ ਨੂੰ ਉਸਦੇ ਘਰ ਮਿਲਣ ਆਇਆ ਪਿੱਛੇ ਹੀ ਉਸਦਾ ਕੰਮ ਆ ਗਿਆ ਕਾਮਾ ਉਸ ਨੂੰ ਕਹਿਣ ਲੱਗਿਆ ਬਾਈ ਜੀ ਤੁਸੀਂ ਇਹ ਕਿੱਥੇ ਗੰਦ ਚ ਮੂੰਹ ਮਾਰ ਰਹੇ ਹੋ ਦੀਪੀ ਨੂੰ ਦਲਾਵਰ ਉਸ ਨੂੰ ਕਹਿਣ ਲੱਗਿਆ ਓਏ ਆਪਣਾ ਵੀ ਤਾਂ ਟਾਈਮ ਪਾਸ ਹੀ ਐ ਦੀਪੀ ਨੇ ਸਾਰੀਆਂ ਗੱਲਾਂ ਕੰਦੋਲੇ ਖੜੀ ਨੇ ਸੁਣ ਲਈਆਂ ਤਾਂ ਉਸਦੇ ਪੈਰਾਂ ਥੱਲੇੋਂ ਜ਼ਮੀਨ ਹੀ ਨਿਕਲ ਗਈ ਕੀ ਹਾਏ ਮੈਂ ਤਾਂ ਇੱਕ ਇੰਨਾ ਚੰਗਾ ਪਿਆਰ ਕਰਨ ਵਾਲਾ ਪਤੀ ਗਵਾ ਲਿਆ ਆਪਦਾ ਬੱਚਾ ਗਵਾ ਲਿਆ ਇਸ ਇਨਸਾਨ ਲਈ ਪਰ ਇਹ ਤਾਂ ਮੇਰਾ ਸਕਾ ਹੀ ਨਹੀਂ ਸੋ ਦੋਸਤੋ ਕਦੇ ਵੀ ਲਾਲਚ ਦੇ ਵਿੱਚ ਆ ਕੇ ਆਪਦਾ ਘਰ ਬਰਬਾਦ ਨਾ ਕਰੋ ਇਹ ਦੁਬਾਰੇ ਕਦੇ ਨਹੀਂ ਘਰ ਬਣਦੇ ਧੰਨਵਾਦ